ادیب پاکستان حضرت مولانا شبیر احمد صاحب عثمانی. لوگوں میلاد سنانے ہیں بٹھا کے
پھرا کے نہیں اسا پھردو نہیں ساری رات شتباہ شروع ہوا ان شاء اللہ ہو جائے گی لیکن بیٹھ کے سننا ہو رہے تھے پھر کے سننا ہو رہے سانو پھرنا بزرگ دسیا نے انہیں کہا جی نہیں گل کرو سن مستفا ہو ڈٹ جاؤ میں دو چار گلا کر کے ان شاء اللہ دو چار جاؤں اے مہینہ ملاد ہے اور میرے تو پہلے حضرت کل صاحب نے بہت ہی خوبصورت اور نکات کے مبنی باز فرمایا حضور علیہ الصلوۃ والسلام تشریف لے آئے اس مہینے وچ جو ہے اس مہینے آقا تشریف لے آئے کون آئے بولو بھائی بولو 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 گونگے نہ بولو باقی بولو جنہ کی زبان پہ آقا دا نام سونا لگتا ہے ذرا مزہ آ جائے کون آیا آقا آئے بریلوی بھی کہندے نے آقا آئے وہابی بھی کہندے نے آقا آئے تے وہابی بھی کہندے نے آقا آئے حیاتی بھی کہندے نے آقا آئے مماتی بھی کہندے نے آقا آئے سماتی بھی کہندے نے آقا آئے جماتی بھی کہندے نے آقا آئے پھر لڑائی کڑی گل دی جدو آیا من لے بھائی حضور بولو یار جڑی گود آئے سانو وہ گود نہیں یاد جڑی گود چ گئے سانو وہ گود نہیں یاد آئے آمنا دی گود گئے ایسا دی گود یہ سارے سبحان اللہ کہو تے مولانا صاحب عمران عارف صاحب کی توجہ دا تھوڑا جا سہارا لیندے ہویا ایک گل کہاں انہاں دے صدقے تواڈے تک پہنچا سبحان اللہ بھائی حضور فرمان رہے جڑی گود وچ میں آیا اوے میری ماں
ਲੈ ਕੇ ਆਏ ਐਸਾ ਦੱਸੇਗੀ ਕੀ ਲੈ ਕੇ ਆਏ ਆਮਨਾ ਦੱਸੇਗੀ ਕਿਨੂੰ ਕੀ ਦੇ ਕੇ ਗਏ ਐਸਾ ਦੱਸੇਗੀ ਕਿਨੂੰ ਕੀ ਦੇ ਕੇ ਗਏ ਤੂੰ ਸੈਯਦਾ ਐਸਾ ਦੱਸੇਗੀ ਨਾ ਤੇਰੀ ਤੇ ਮੇਰੀ ਮਾਂ ਦੱਸੇਗੀ ਓਏ ਸਾਰੇ ਨਹੀਂ ਮੰਨਦੇ ਸਾਰੇ ਨਹੀਂ ਮੰਨਦੇ ਕਿਉਂ ਇਹ ਕਹਿਣ ਲੱਗਾ ਮੈਂ ਨਹੀਂ ਮੰਨਣਾ ਮੈਂ ਕਿਹਾ ਕਿਉਂ ਕਿ ਮੈਂ ਨਹੀਂ ਮੰਨਣਾ ਮੈਂ ਕਿਹਾ ਮੈਂ ਤੈਨੂੰ ਨਹੀਂ ਮੰਨਣਾ ਕਿ ਕਿਉਂ ਬਈ ਮੇਰੀ ਕਿਉਂ ਉਸ ਨੂੰ ਸਮਝ ਜਾਣਾ ਮੈਂ ਬੜਾ ਹੋਮਿਓਪੈਥਿਕ ਡਾਕਟਰ ਹਾਂ ਕਹਿਣ ਲੱਗਾ ਮੈਂ ਨਹੀਂ ਮੰਨਦਾ ਮੈਂ ਕਿਹਾ ਕਿਉਂ ਮੈਂ ਕਿਹਾ ਤੇਰੀ ਮੈਂ ਨਹੀਂ ਮੰਨਦਾ ਉਸ ਆ ਕੇ ਜੀ ਕਿਉਂ ਮੈਂ ਕਿਹਾ ਜੀ ਤੇਰੀ ਇਸ ਵਾਸਤੇ ਮੈਂ ਨਹੀਂ ਮੰਨਦਾ ਕਿ ਐਸਾ ਤੇਰੀ ਮਾਂ ਨਹੀਂ ਤੇ ਜਿਹੜਾ ਐਸਾ ਨੂੰ ਵੀ ਮਾਂ ਮੰਨਦਾ ਉਹ ਮੈਨੂੰ ਕਿਥੋਂ ਮੰਨਣਾ ਹੈ ਇਹ ਵੀ ਉਜੀ ਕਹੋ ਕਿ ਅੰਮਾ ਖੁਸ਼ ਹੋ ਜਾਏ ਹਲਾਲੀ ਜਾਗਦੇ ਮੇਰੀ ਯਾਦ ਨਾ ਕਰੋ ਇਹ ਵੀ ਉਜੀ ਕਹੋ ਕਿ ਤੁਹਾਡੀ ਆਵਾਜ਼ ਹੁਣੇ ਜੰਨਤ ਉਲ ਕੀ ਪਹੁੰਚੇ ਅੰਮਾ ਸਮਝੇ ਜਾਗਦੇ ਨੇ ਅੰਮਾ ਸਮਝੇ ਮਾਂ ਦੀ ਇੱਜ਼ਤ ਨੂੰ ਖਤਰਾ ਹੋਵੇ ਤੇ ਹਲਾਲੀ ਜਾਗਦੇ ਰਹਿੰਦੇ ਨੇ ਇਹੋ ਵਜ੍ਹਾ ਹਜ਼ਰਤ ਮਰੀਮ ਈਸਾ ਅਲੈਹਿਸ ਸਲਾਮ ਕੋ ਉਠਾ ਕੇ ਆ ਰਹੀ ਹੈ ਮੈਂ ਹਜ਼ਰਤ ਨਾਲ ਵਾਅਦਾ ਕੀਤਾ ਮੁਖਤਸਰ ਖਿਤਾਬ ਕਰ ਹਜ਼ਰਤ ਮਰੀਮ ਈਸਾ ਅਲੈਹਿਸ ਸਲਾਮ ਨੂੰ ਉਠਾ ਕੇ ਆ ਰਹੀਆਂ ਨੇ ਪਹੁੰਚੀਆਂ ਕੌਮ ਕਹਿਣ ਲੱਗੀ ਮਰੀਮ ਇਹ ਕੀ ਕੀਤੀ ਆਵਾਜ਼ ਆਈ ਮਰੀਮ ਤੂੰ ਨਾ ਬੋਲੀ ਤੁਸੀਂ ਤੁਹਾਡੇ ਬਾਰੇ ਨਹੀਂ ਮਰੀਮ ਦੇ ਬਾਰੇ ਮਰੀਮ ਤੂੰ ਨਾ ਬੋਲੀ ਖੁਦਾ ਦਾ ਤਵੱਜੋ ਮਰੀਮ ਤੂੰ ਨਾ ਬੋਲੀ ਤੂੰ ਚੁੱਪ ਦਾ ਰੋਦਾ ਰੱਖ ਮੈਂ ਜਾਣਾ ਇਹ ਜਾਣਨ ਅੱਲਾ ਕੌਣ ਬੋਲੇਗਾ ਫਰਮਾਇਆ ਮਾਂ ਤੇ ਇਲਜ਼ਾਮ ਲੱਗ ਜਾਏ ਤੇ ਮਾਂ ਬੋਲੇ ਗੱਲ ਮਜ਼ੇਦਾਰ ਨਹੀਂ ਹੁੰਦੀ ਮਾਂ ਤੇ ਇਲਜ਼ਾਮ ਲੱਗੇ ਤੇ ਹਲਾਲੀ ਬੋਲੇ ਮਾਂ ਤੇ ਇਲਜ਼ਾਮ ਲੱਗੇ ਹਲਾਲੀ ਬੋਲੇ ਨਾ ਤੇ ਜਿਹੜਾ ਹਲਾਲੀ ਹੈ ਉਹਨੇ ਬੋਲਣਾ ਆ ਗਈ ਕੌਮ ਇਹ ਕੀ ਕੀਤੀ ਬੋਲਣਾ ਮੈਂ ਤੁਹਾਡੇ ਆਖੇ ਨਹੀਂ ਬੋਲਣਾ ਇਹਨੇ ਫਾਸ਼ਾਰਤ ਇਲਈਹੀ ਇਸ਼ਾਰਾ ਮਾਂ ਕੀਤਾ ਹਜ਼ਰਤ ਈਸਾ ਨੇ ਦੁੱਧ ਛੱਡ ਦਿੱਤਾ ਸਾਬਤ ਕੀ ਕੀਤਾ ਰੋਟੀ ਖਾਂਦੇ ਹੋ ਮਾਂ ਦੀ ਇੱਜ਼ਤ ਖਤਰੇ ਚ ਹੋਵੇ ਰੋਟੀ ਛੱਡ ਦੇਣਾ ਹਲਵਾ ਖਾਂਦੇ ਹੋ ਹਲਵਾ ਖਾਂਦੇ ਹੋ ਮਾਂ ਦੀ ਇੱਜ਼ਤ ਖਤਰੇ ਚ ਹੋਵੇ ਹਲਵਾ ਛੱਡ ਦੇਣਾ ਸਭੇ ਬਰਾਤ ਦੀਆਂ ਸੀਵੀਆਂ ਖਾਂਦੀ ਹੋ ਮਾਂ ਦੀ ਇੱਜ਼ਤ ਖਤਰੇ ਚ ਹੋਵੇ ਸੀਵੀਆਂ ਬੋਲੋ ਛੱਡ ਦੇਣਾ ਪਹਿਲੇ ਮਾਂ ਦੀ ਇੱਜ਼ਤ ਦੀ ਗਵਾਹੀ ਦੇਣਾ ਇਸਾ ਦੁੱਧ ਛੱਡ ਕੇ ਇੰਜ ਕਰਕੇ ਇਸ਼ਾਰਾ ਕਰਕੇ ਕਹਿੰਦੇ ਨੇ ਇੰਨੀ ਅਬਦੁੱਲਾ ਹਜ਼ਰਤ ਈਸਾ ਨੇ ਮਾਂ ਦੀ ਝੋਲੀ ਚ ਦੋ ਤਬਕੇ ਰਗੜ ਦਿੱਤੇ ਇੱਕ ਇਬਨੁੱਲਾ ਵਾਲੇ ਨੂਰੁਮ ਮਿਨ ਨੂਰਿੱਲਾ ਵਾਲੇ ਰਗੜੇ ਗਏ ਅਬਦੁੱਲਾ ਮੈਂ ਅੱਲਾ ਦਾ ਬੰਦਾ ਕੌਮ ਕਹਿਣ ਲੱਗੀ ਬੱਚਾ ਅਜੀਬ ਸਾਡੇ ਆਖੇ ਨਹੀਂ ਬੋਲਿਆ ਅਸਾਂ ਚੌਧਰੀ ਅਸਾਂ ਸਰਦਾਰ ਅਸਾਂ ਵਡੇਰ ਸਾਡੇ ਆਖੇ ਨਹੀਂ ਬੋਲਿਆ ਮਾਂ ਇਸ਼ਾਰਾ ਕੀਤਾ ਤੇ ਬੋਲ ਪਏ ਮੈਨੂੰ ਇੰਜ ਲੱਗਦਾ ਮੌਲਾਨਾ ਈਸਾ ਨੇ ਆਖਿਆ ਹੋਣਾ ਅਲੈਹਿਸ ਸਲਾਮ ਜਾਓ ਕੰਮ ਕਰੋ ਤੁਸੀਂ ਮੇਰੀ ਮਾਂ ਦੇ ਇਲਜ਼ਾਮ ਲਾਓ ਤੇ ਮੈਂ ਤੁਹਾਡੇ ਨਾਲ ਬੋਲੋ ਤੁਸੀਂ ਮੇਰੀ ਮਾਂ ਦੇ ਇਲਜ਼ਾਮ ਲਾਓ ਮੈਂ ਤੁਹਾਡੇ ਨਾਲ ਬੋਲਾਂ ਮਾਲੂਮ ਹੋਇਆ ਮਾਂ ਦੀ ਇੱਜ਼ਤ ਖਤਰੇ ਚ ਹੋਵੇ ਬੱਚੇ ਭੰਗੋੜੇ ਵਿੱਚ ਵੀ ਬੋਲਦੇ ਨੇ ਝੋਲੀ ਵਿੱਚ ਵੀ ਬੋਲਦੇ ਨੇ ਚਾਲੀ ਚਾਲੀ ਗੋਲੀਆਂ ਖਾ ਕੇ ਵੀ ਬੋਲਦੇ ਨੇ ਸੀਨੇ ਤੇ ਖੰਜਰ ਖਾ ਕੇ ਵੀ ਬੋਲਦੇ ਨੇ ਭਾਵੇਂ ਉਮਰ 83 ਸਾਲ ਹੋਵੇ ਸੀਨੇ ਤੇ
خنجر کھا کے بھی بولتے ہیں تو ثابت کرتے ہیں جنہیں خنجر مارے ہے وہ کنجر ہے. ہولی بولو ہولی بولو. ہمیشہ یہ تو ہاتھ ہوتا نا خنجر. میں دلیل دینا تھی سمجھ رہے کوئی جنت. بولو جراؤ جنت نہیں جانتا.
ਲੁਕਦੇ ਨੇ ਰੱਬ ਦੇ ਰਸਤੇ ਚ ਨਾ, ਉਹ ਭਾਵੇਂ ਮਦੀਨੇ ਦਾ ਸ਼ਹੀਦ ਹੋਵੇ, ਭਾਵੇਂ ਬਦਰ ਦਾ ਸ਼ਹੀਦ ਹੋਵੇ, ਭਾਵੇਂ ਉਹ ਦਾ ਸ਼ਹੀਦ ਹੋਵੇ, ਭਾਵੇਂ ਕਰਬੋਲਾ ਦਾ ਸ਼ਹੀਦ ਹੋਵੇ, ਹੁਸੈਨ ਦੇ ਨਾਮ ਜਿਹੜਾ ਇਸ ਦਾ ਸੁਭਾਗਾ ਕਰੇ ਤਾਂ ਮੈਂ ਸਮਝਾਂਗਾ ਉਹ ਜਦੀਦੀ ਹੈ। ਬਈ ਹੁਸੈਨ ਮੇਰਾ ਜਿਹੜੇ ਬੰਦੇ ਯਜ਼ੀਦ ਦੇ ਬਾਰੇ ਨਰਮ ਗੋਸ਼ਾ ਰੱਖਦੇ ਨੇ, ਇਹ ਕਿਆਮਤ ਹੈ ਤੇ ਯਜ਼ੀਦ ਨਾਲ ਜਾਣਾ। ਜਿਹੜੇ ਹੁਸੈਨ ਨਾਲ ਰੱਖਦੇ ਨੇ ਕਮਰੇ ਵਿੱਚ ਅੱਜ ਤੱਕ ਵਸਦੇ ਨੇ ਉਹ ਵੀ ਆਲਾ,
نبی دیاں سواریاں آلہ اما منا کہندیاں نے میں رب دے دربار تے بیٹھی دعا منگدی سا اللہ مینوں بیٹا عطا کری چہرا عبداللہ ورگا ہوے زلفاں عبداللہ ورگیاں ہون اکھیاں عبداللہ ورگیاں ہون سینہ عبداللہ ورگا ہوے اللہ مینوں بیٹا عطا کری بشیت کہندیاں مینا منگ تو اپنے ذوق دے مطابق دیاں گا میں اپنے شوق دے مطابق منگن والا اپنی شان دے مطابق منگدا اے تے دین والا اپنی شان دے مطابق دیندا اے آمین میں انج دا دیاں گا کوئی اودے ورگا نہیں ہوئے گا اور او کسی ورگا نہیں ہوئے ورگے والے قانون ہی ختم کر دینے نے اودا چہرہ آلہ ہوئے گا آمین آمنا کہندیاں نے میری گود دے اندر میرا سنایا گیا من موڑایا گیا بس دوہادا چہرہ رہ کے آ گیا ولے لگیاں زلفا رہ کے آ گیا مادا بل بسر دیا اکھیاں لے کے آ گیا علم نشرا دا سینہ لے کے آ گیا آمنا کہندیاں نے میں تکیا محمد آ گیا احمد آ گیا عاقب آ گیا حاصر آ گیا ناصر آ گیا مزمل آ گیا مدثر آ گیا طہٰ آ گیا یاسین آ گیا بشیت کہندی آمنا گھبرانا پتر تیرا ہے حبیب میرا ہے پتر تیرا ہے حبیب میرا ہے کوئی رو بدرو تجا گا کوئی نو شمس الضحا آکھے گا کوئی نو خیر الورا آکھے گا کوئی نو بلبل اولا آکھے گا کوئی نو کشف التجا آکھے گا کوئی اس نو شمس الضحا آکھے گا کوئی نو لائن کے نو سنا آکھے گا کوئی نو ماہ طرب آکھے گا کوئی اس نو شاہ عرب آکھے گا کوئی نو ماہ طرب آکھے گا کوئی نو کنز نہا آکھے گا این آیا آکھے گا شاہ شاہ آکھے گا فخر رسول آکھے گا کوئی نو کائنات دا امام آکھے گا کوئی نو جگاں دا سلطان آکھے گا تے جدو سارے ویکھن گے اکو ہی طرح نہ بنن گے اے مصطفیٰ خیر الورا تیرے جیا آواز آنی چاہیے اے مصطفیٰ خیر الورا تیرے جیا لالچ دینا لالچ کی دنیا نا جی سب تھی لالچ دے لالچ کہ مولوی بخشے گئے نا صدقے جنتی ہیں رہو ایک صدقے یہ مولوی بخشے گئے نا کہ کہتا ہوں میں جنہوں کل والا ہی نہیں ہوتی یا اللہ جڑے نالے اے پہلے نال ترانا اونچی پڑھن نا انہوں نے رات خواب جو حضور دا دیدار ہو گئے تو حضور کو بھی کہ اکھن یا مصطفیٰ خیر الورا تیرے حضرت ابراہیم بھی حضور دے پیچھے حضرت اسماعیل حضور دے پیچھے حضرت اسحاق حضور دے پیچھے حضرت یعقوب حضور دے پیچھے حضرت یوسف حضور دے پیچھے حضرت موسیٰ حضور دے پیچھے حضرت عیسیٰ حضور دے پیچھے سارے کیا سنیا اے مصطفیٰ خیر الورا تیرے جیا اما کہندیاں نے میری گود چوں نکل
نکل کے اشارہ کیتا آقا پہلے دل اشارہ کدھر پہ کر دے ہو مولانا عربی صاحب مینوں انج لگدا ہے حضور نے پہلے دل اشارہ کر کے آکھیا لوکو میں محمد دے میلاد دا مقصد اے اللہ کلا ہے نصیب کریں جی حاجی صاحب اللہ ایک اچھا علماء بیٹھے نے عبادت مار سارے نبیاں آکھیا اللہ ایک لیکن کسی نبی نو پوچھ لو بھی تسا کیویں کہہ رہے ہو میں سمجھ جبریل دسیا اللہ ایک جبریل نو پوچھیا تو نے کہا جی میں بھی غیر تو سنیا اللہ ایک تے سنیا تسی ایڈا وڈا دعویٰ کیتا فرمایا میں ویکھا ایک ہی ہے اللہ میرے نبی دی انگلی کمال ہے ایک صحابی تہاد ہی چوایا کہندا یا رسول اللہ بڑا دور آیا تے میں تواڈے تے ایمان رکھدا میں تواڈی کسی گل تے شک شبہ کوئی نہیں دیہاتی بندے ہوندے نے بڑے کھلے ڈلے اپنی دیہات دینا دیہاتی بندے کوئی بل فرے بڑے گل نہیں کرتے تے شہریاں والے کوئی سیدھی گل نہیں کرتے خدا دا واسطہ اصلی لاہور کو بندہ راستہ پوچھ لو نا کہندا ادھر چلے جاؤ ادھر چلے جاؤ اگے پہنچ جاؤ ایمان میرا پر میرا دل کرتا ہے کوئی موجزہ دکھاؤ پیارا دیا میرا در ایمان تے ہو وجہ دا جائے حضور پر مانا کہ کی ویکھنا توجہ کی ویکھنا عاشق کو توجہ وہ دیہاتی بندہ کہنے لگا آقا جڑا درخت کھڑا ہے نا اونوں بلاؤ تہاڈے قدموں چ آویں تے آ کے واپس چلا جائے اگے حضور نے یہ نہیں فرمایا کہ ٹھیک ہے میں بلانا اگر فرمایا میں بلاواں تو جا میں بلاواں نہیں تو جا تو اونوں جا کے میرا نام ہے وہ صحابی دوڑتا گیا تو کہتا او درختی تینوں حضور بلاندے نہیں علماء کلمہ حضرت نال اپنے ذوق دی گل کہن لگا اپنے ذوق درخت کیا ہوئے گا یہ تو آپ سکتا سی نا کہ میں کدی ٹریا درخت کہہ سکتا سی میں کدی ٹریا میری عادت نہیں درخت یہ بھی تو کہہ سکتا سی انہوں نے پھل تھی آ جاؤ کر دیا مولوی صاحب نے پورس رات کا
ਵਾਕਿਆ ਚੇਲ ਲਿਆ। ਉਹਨੇ ਕਿਹਾ ਜੀ ਪੁਲਿਸ ਰਾਹ ਪਏਗੀ, 1500 ਸਾਲ ਦਾ ਰਸਤਾ ਹੋਏਗਾ, ਬਾਲਾਂ ਨੂੰ ਬੜੀ ਪਏਗੀ, ਤਲਵਾਰ ਨਾਲ ਤੇਜ਼ ਹੋਏਗੀ, ਦੋ ਦਫ਼ਤ ਵਿੱਚ ਆਈ ਜਾਏਗੀ। ਇੱਕ ਬਾਬਾ ਖੜਾ ਹੋ ਗਿਆ, ਉਹਨੇ ਕਿਹਾ ਮੌਲਾਨਾ ਨਾਰਾਜ਼ ਨਾ ਹੋਣਾ, ਸਵਾਲ ਦਾ ਜਵਾਬ ਦੇਣਾ। ਮੌਲਵੀ ਤਾਂ ਪਹਿਲੇ ਵਿਗੜਿਆ, ਉਹਨੇ ਕਹਿੰਦੀ ਨਹੀਂ ਨਹੀਂ ਤੁਹਾਡੇ ਖਿਲਾਫ਼ ਕੋਈ ਗੱਲ ਨਹੀਂ, ਪਰ ਮੈਂ ਬਾਬਾ ਮੇਰੀ ਸਮਝ 'ਚ ਨਹੀਂ ਆਇਆ ਕੀ ਆਖਿਆ ਜੀ। ਪੁਲਿਸ ਰਾਤ ਹੋਏਗੀ, ਮੌਲਵੀ ਨੇ ਕਿਹਾ ਜੀ ਹੋਏਗੀ, 1500 ਸਾਲ ਦਾ ਰਸਤਾ ਹੋਏਗਾ, ਮੌਲਵੀ ਨੇ ਕਿਹਾ ਹੋਏਗਾ, ਤਲਵਾਰ ਨਾਲ ਤੇਜ਼ ਹੋਏਗੀ, ਉਹਨੇ ਕਿਹਾ ਜੀ ਹੋਏਗੀ, ਬਾਲਾਂ ਨੂੰ ਬਰੀਕ ਹੋਏਗੀ, ਉਹਨੇ ਕਿਹਾ ਜੀ ਹੋਏਗੀ। ਲਾਹੌਰੀਓ, ਹਜ਼ਰਤ ਸਾਹਿਬ ਆਮਦ ਅਲੀ ਲਾਹੌਰੀ ਮਸਜਿਦ ਮੇ ਆਨੇ ਵਾਲੋ, ਖੁਦਾਰਾ ਤਵੱਜੋ, ਬਾਬਾ ਮਸੂਮ ਸਭੂ ਬਣਾ ਕੇ ਕਹਿਣੇ ਲਗਾ, ਵਹਾਂ ਮੁਹੰਮਦ ਵੀ ਹੋਗਾ, ਵਹਾਂ ਮੁਹੰਮਦ ਵੀ ਹੋਗਾ। ਮੌਲਵੀ ਸਾਹਿਬ ਨੇ ਕਿਹਾ ਜੀ ਵਹਾਂ ਮੁਹੰਮਦ ਵੀ ਹੋਗਾ। ਕਹਿਣ ਲਗਾ ਡਰਾ ਨਹੀਂ ਫਿਰ ਖੈਰ ਸਦਾ ਏ, ਨਾ ਡਰਾ, ਹਜ਼ੂਰ ਡਿੱਗਣ ਨਹੀਂ ਦਿੰਦੇ। ਅੱਛਾ ਜੀ, ਤੇ ਸਵਾਲਾਂ ਕੋਲ ਹੋਰ ਕਹੋ ਨਾ, ਤੁਹਾਡਾ ਮੂੰਹ ਕਰਾਰਾ ਕਰਾਵਾਂ। ਮੇਰੇ ਪੈਸੇ ਵੀ ਉਡਾ ਕੇ ਲੈ ਗਏ, ਸਾਹਸੀ ਬੇਦੇ ਆ, ਅੱਗੇ ਮਸੇ 100 ਮਿਲੇ ਆ, ਉਹ ਵੀ ਗਿਆ। ਤੋਜੋ ਰਹਿ ਯਾਰ ਰਹੀ ਤੋ ਜਗ ਦੇ ਵਿੱਚ ਕਾਇਮ ਰਿਸਾਲਤ ਕਮ ਰਸਾਲਤ ਕਮਲ ਵਾਲੇ ਦੀ ਰਹੀ ਤੋ ਜਗ ਤੇ ਵਿੱਚ ਕਾਇਮ, ਰਸਾਲਤ ਕਮਲ ਵਾਲੇ ਦੀ ਰਹੀ ਤੋ ਜਗ ਤੇ ਵਿੱਚ ਕਾਇਮ, ਰਸਾਲਤ ਕਮਲ ਵਾਲੇ ਦੀ ਖੁਦਾ ਦੀ ਹੀ ਇਤਾਅਤ ਹੈ, ਇਤਾਅਤ ਕਮਲ ਵਾਲੇ ਦੀ ਖੁਦਾ ਦੀ ਹੀ ਇਤਾਅਤ ਹੈ, ਇਤਾਅਤ ਕਮਲ ਵਾਲੇ ਦੀ। ਮੌਲਾਨਾ ਸਾਹਿਬ ਇਹ ਸ਼ੇਰ ਤੁਹਾਡੀ ਨਜ਼ਰ ਖਾਲਸ ਕਰ, ਕਿਉਂਕਿ ਨਜ਼ਰ ਕਰਨਾ ਤਾਂ ਸ਼ੇਰ ਨਹੀਂ। ਤਵੱਜੋ, ਚਾਹਤ ਕਮਲ ਵਾਲੇ ਦੀ ਦਿਲਾਂ ਦੇ ਵਿੱਚ ਇਹ ਘਰ ਕਰ ਗਈ, ਚਾਹਤ ਕਮਲ ਵਾਲੇ ਦੀ। ਹੁਣ ਜਰਾ ਸਵਾਲ ਲੱਗਾ, ਅੱਗੇ ਚੱਲਾਂ। ਇਬਾਦਤ ਕਮਲ ਵਾਲੇ ਦੀ, ਇਬਾਦਤ ਨੂੰ ਵੀ ਚਮਕਾ ਗਈ, ਇਬਾਦਤ ਕਮਲ ਵਾਲੇ ਦੀ। ਮੌਲਾਨਾ ਅਲੀਮੁਦੀਨ ਸ਼ਾਕਰ ਸਾਹਿਬ, ਇਹ ਜਿਹੜਾ ਮੈਂ ਸ਼ੇਰ ਪੜ੍ਹਨ ਲੱਗਾ ਨਾ, ਖਾਲਸ ਤੁਹਾਡੀ ਨਜ਼ਰ
ਇਹਨੇ ਜਦੋਂ ਸੁਣਨਾ ਹੈ ਨਾ, ਯਕੀਨ ਜਾਣਾ ਇਹਨਾਂ ਦਾ ਦਿਲ ਕਰੇਗਾ ਤੇ ਖੜੇ ਹੋ ਜਾਏ। ਹੋਣਾ ਨਹੀਂ, ਹੋਣਾ ਨਹੀਂ, ਲੇਕਿਨ ਦਿਲ ਤੁਹਾਡਾ ਕਰੇਗਾ, ਖੜੇ ਹੋ ਜਾਈਏ। ਤਵੱਜੋ ਹੈ, ਜਿਹੜੇ ਖੜੇ ਨੇ ਖੜੇ ਨੇ। ਬੈਠਣ ਵਾਲਿਆਂ ਦਾ ਕਮਾਲ ਨਹੀਂ, ਖਲੋਣ ਵਾਲਿਆਂ ਦਾ ਕਮਾਲ। ਪਰ ਜਿਹੜਾ ਸ਼ੇਰ ਪੜਨ ਲੱਗਣਾ, ਜਿਹੜੇ ਖਲੋਤੇ ਨੇ, ਜਿਹੜੇ ਬੈਠੇ ਨੇ, ਇਨਸ਼ਾਅੱਲਾ ਇਮਾਨ ਤਾਜ਼ਾ ਹੋਏਗਾ, ਮਜ਼ਾ ਆਏਗਾ। ਮਜ਼ਾ ਨਾ ਆਵੇ ਤੇ ਸੁਭਾਨ ਪਹਿਲੇ ਆ ਗਿਆ। ਜਰਾ ਸੁਭਾਨ ਦਾ ਟਾਂਕਾ ਲਾਓ ਤੇ ਸ਼ੇਰ ਪੜ ਇੱਕ ਦਫਾ ਫਿਰ, ਜਰਾ ਇੱਕ ਦਫਾ ਫਿਰ, ਜਰਾ ਅਲੀ ਦੇ ਰਿਸ਼ਤੇ ਦੀ ਚਾਰ ਯਾਰਾਂ ਤੇ ਇੱਥੇ ਆਈ ਪਿੱਛਾ ਨਹੀਂ ਹਟਾਉਂਦੇ ਬਾਂਹ ਮਰ ਜਾਣ। ਉਹ ਕਹਿੰਦਾ ਹੈ ਫਿਕਰ ਕਰੇ ਫਿਕਰ ਜਿਸ ਦੇ ਦਿਲ ਦੇ ਅੰਦਰ ਨਹੀਂ ਇਸ਼ਕ ਸਦੀਕ ਬਲੀ ਦਾ। ਜਿਸ ਦੇ ਦਿਲ ਦੇ ਅੰਦਰ ਨਹੀਂ ਇਸ਼ਕ ਸਦੀਕ ਬਲੀ ਦਾ। ਨਹੀਂ ਪਿਆਰ ਉਮਰ ਜਰੀਦਾ ਓਈ ਕਦੀ ਨਾ ਜੰਨਤ ਜਾਸੀ ਤੇ ਜਿਹੜਾ ਨਹੀਂ ਕਰਦਾ ਹਯਾ ਉਸਮਾਨ ਰਨੀਦਾ ਆਜ਼ਮ ਹੋਈ ਪੱਕਾ ਕਾਫਿਰ ਜਿਹੜਾ ਨਹੀਂ ਹੁਬਦਾਰ ਅਲੀਦਾ। ਦਰਖਤ ਨੇ ਆਖਿਆ ਸੁਣ
مرنے کے یقین اور مخلوق سے تیرے نورانی طریقوں پر چل کر کامیابی کے یقین اور تیرے حکموں کو چھوڑ کر غیروں کے طریقوں پر چل کر ناکامی کے یقین. اللہ کے علاوہ معبود کوئی نہیں, تو اللہ دا بندہ اور رسول ہے. یہ درخت گلا کرے حضور نال صحابی بلا کے لیا اس درخت نو, وہ پتا کیا کہ بس یا رسول اللہ یہ مکہ ہو جائے میں پسند کرتا کہ جا ہزور سڈے والوں مک پھرا کے سانو ویکن اصل ویکھیے یہ سانو ویکن اصا یہ ویکھیے آمینا سارے آ گئے تے سارے آ گئے تے آ کے واپس چلے گئے. اللہ فرماتا ہے سنیا گھبراویں نہ, جی انہوں تارے دیتے نے تینوں بھی تارے دیا گا, فرق یہ انہوں چھوڑ گئے جیڑے تارے میں تینوں دیا گا اگ دے انگارے تے لیٹ کے بھی تیرے, تختہ دار تے چڑھ کے بھی تیرے. جدو تارے واپس گئے چند پوچھا کی چند چڑھا تارے کیا چند جی چپ کر ساڈی من جی اسی وہ چند ویکھا ہے جی کدی انج کر کے اشارہ کیتا تے ٹکڑے تو بھی ہو جانے.